ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਜੀਵਨ ਝਲਕ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ, ਜਿਸ ਦਾ ਸਿਰਲੇਖ ਹੈ ਗੁਰੂ ਨਾਨਕ ਦਾ ਸਚਿਆਰ ਮਾਰਗ। ਕਿ ਦੋ ਸੱਜਣ ਭਾਈ ਸਾਹਿਬ ਜੀ ਕੋਲ ਆਉਂਦੇ ਹਨ, ਕਹਿੰਦੇ ਹਨ ਅਸੀਂ ਸਿਮਰਨ ਕਰਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ, ਪਰ ਸਾਡਾ ਕੁਝ ਨਹੀਂ ਬਣਦਾ। ਅਤੇ ਜਿਹੜਾ ਰਾਧਾ ਸੁਆਮੀਆਂ ਪਾਸ ਦੋ ਦਿਨ ਹੋ ਆਏ, ਉਹ ਕਹਿਣ ਲੱਗ ਜਾਂਦਾ ਮੈਂ ਪਰਮ ਧਾਮ ਨੂੰ ਪਹੁੰਚ ਗਿਆ ਹਾਂ, ਇਸ ਦਾ ਕੀ ਕਾਰਨ ਹੈ? ਸੋ ਭਾਈ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਸਵਿਸਥਾਰ ਗੁਰੂ ਨਾਨਕ ਦਾ ਸਚਿਆਰ ਮਾਰਗ ਦੱਸਿਆ। ਅਤੇ ਉਂਗਲਾਂ ਕੰਨਾਂ ਵਿੱਚ ਪਾ ਪਾ ਕੇ ਅਨਹਤ ਧੁਨੀ ਨੂੰ ਸੁਣਨ ਵਾਲਿਆਂ ਦਾ ਹਾਲ ਖੋਲ੍ਹ ਕੇ ਦਰਸਾਇਆ ਅਤੇ ਉਹਨਾਂ ਨੂੰ ਮਨ ਅਤੇ ਸੁਰਤ ਦਾ ਫਰਕ ਸਮਝਾਇਆ। ਇਸ ਤਰ੍ਹਾਂ ਉਹਨਾਂ ਨੂੰ ਗੁਰੂ ਨਾਨਕ ਦੇ ਉੱਚ ਆਦਰਸ਼ ਵੱਲ ਪ੍ਰੇਰਿਆ ਅਤੇ ਉਹ ਸਿਮਰਨ ਵਿੱਚ ਲੱਗ ਪਏ। ਆਓ ਪਿਆਰ ਨਾਲ ਇਸ ਨੂੰ ਸਵਿਸਥਾਰ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਾਲ 1933 ਦਸੰਬਰ ਦੇ ਦਿਨਾਂ ਵਿੱਚ ਦੋ ਸੱਜਣ ਆਪ ਜੀ ਨੂੰ ਮਿਲਣ ਆਏ ਅਤੇ ਉਹਨਾਂ ਨੇ ਸਵਾਲ ਹੀ ਇਹ ਪਾ ਦਿੱਤਾ ਕਿ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਨਾਮ ਸਿਮਰਦੇ ਹਾਂ, ਪਰ ਮਨ ਜੁੜ ਕੇ ਨਹੀਂ ਲੱਗਦਾ। ਹੈਰਾਨੀ ਹੁੰਦੀ ਹੈ ਕਿ ਰਾਧਾ ਸੁਆਮੀਆਂ ਪਾਸ ਜਿਹੜਾ ਦੋ ਦਿਨ ਹੋ ਆਏ, ਉਹੀ ਕਹਿਣ ਲੱਗ ਜਾਂਦਾ ਹੈ ਕਿ ਮੈਂ ਪਰਮ ਧਾਮ ਨੂੰ ਪਹੁੰਚ ਗਿਆ ਹਾਂ, ਪਰ ਸਾਡਾ ਸਭ ਕੁਝ ਕਰਦਿਆਂ ਕੁਝ ਨਹੀਂ ਬਣਦਾ ਦਿਸਦਾ। ਭਾਈ ਸਾਹਿਬ ਜੀ ਨੇ ਕਿਹਾ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਆਰੰਭ ਵਿੱਚ ਸਭ ਤੋਂ ਪਹਿਲੇ ਅਕਾਲ ਪੁਰਖ ਦਾ ਸਰੂਪ ਚਿਤਰਣ ਵਿਸ਼ੇਸ਼ਣ ਰੂਪ ਪਦਾਂ ਵਿੱਚ ਕੀਤਾ ਹੈ। ਫਿਰ ਉਸ ਅਕਾਲ ਪੁਰਖ ਦੀ ਪ੍ਰਾਪਤੀ ਦਾ ਸਾਧਨ ਗੁਰਪ੍ਰਸਾਦ ਦੱਸਿਆ। ਫਿਰ ਸਭ ਤੋਂ ਪਹਿਲੀ ਗੱਲ ਜੋ ਲਿਖੀ ਹੈ ਉਹ ਹੈ ਸੋਚੈ ਸੋਚ ਨਾ ਹੋਵਈ। ਇਸ ਵਿੱਚ ਸਾਰੀਆਂ ਪਵਿੱਤਰਤਾਈਆਂ ਸੁਚਮਾਂ ਆ ਗਈਆਂ ਅਤੇ ਕਿਹਾ ਕਿ ਨਿਰਾ ਇਹਨਾਂ ਦਾ ਹੀ ਕਰਨਾ ਸੁਖਦਾਈ ਨਹੀਂ, ਭਾਵੇਂ ਲੱਖਾਂ ਵਾਰ ਕਰੀਏ। ਫਿਰ ਲਿਖਿਆ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਇਸ ਵਿੱਚ ਸਾਰੇ ਬ੍ਰਤ ਆ ਗਏ। ਤੀਸਰੀ ਤੁਕ ਭੁੱਖੈ ਭੁੱਖ ਤੋਂ ਮੁਰਾਦ ਹਰ ਪ੍ਰਕਾਰ ਦੇ ਅੱਠਾਂ ਤੱਪਾਂ ਦੀ ਹੈ, ਜੋ ਉਹ ਵੀ ਕੁਝ ਨਹੀਂ ਸਵਾਰਦੇ। ਇਹ ਗੁਰੂ ਨਾਨਕ ਦੀ ਹੱਡ ਵਰਤੀ ਉਗਾਈ ਹੈ। ਫਿਰ ਇਹ ਫੁਰਮਾਇਆ ਸਹ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਭਾਵ ਸੰਸਾਰ ਦੇ ਜਿੰਨੇ ਵੀ ਮਤ ਮਤਾਂਤਰ ਪਣਤਾਈਆਂ ਫਿਲਾਸਫੀਆਂ ਅਤੇ ਸਾਧਨ ਆਦਿ ਹਨ, ਕੋਈ ਵੀ ਨਾਲ ਨਹੀਂ ਜਾਂਦਾ ਅਤੇ ਸਹਾਈ ਨਹੀਂ ਹੁੰਦਾ। ਇੱਥੇ ਹੁਣ ਪ੍ਰਸ਼ਨ ਹੁੰਦਾ ਹੈ ਕਿ ਜੇ ਸਤਿਗੁਰੂ ਜੀ ਨੇ ਸਾਰੇ ਹੀ ਮਤ ਖੰਡਨ ਕਰ ਦਿੱਤੇ ਹਨ ਤਾਂ ਸਤਿਗੁਰੂ ਜੀ ਦਾ ਆਪਣਾ ਮਤ ਕੀ ਹੈ? ਆਪ ਦਾ ਮਤ ਅਗਲੀ ਤੁਕ ਵਿੱਚ ਹੈ। ਉੱਥੇ ਆਪ ਅਕਾਲ ਪੁਰਖ ਪਾਸੋਂ ਇਹ ਨਹੀਂ ਮੰਗਦੇ ਕਿ ਮੈਂ ਜੋਗੀ ਕਿਵੇਂ ਹੋਵਾਂ ਜਾਂ ਹੱਠੀ ਤਪੀ ਬ੍ਰਤੀ ਕਿਵੇਂ ਹੋਵਾਂ, ਪਰ ਆਪ ਮੰਗਦੇ ਹਨ ਕਿਵ ਸਚਿਆਰਾ ਹੋਈਐ, ਕਿਵ ਕੂੜੇ ਟੁੱਟੈ ਪਾਲ। ਕਿਵੇਂ ਸਚਿਆਰ ਬਣੀਏ, ਕਿਵੇਂ ਕੂੜ ਦੀ ਪਾਲ ਟੁੱਟੇ? ਹਾਂ, ਗੁਰੂ ਨਾਨਕ ਦਾ ਮਾਰਗ ਹੈ ਸਚਿਆਰ ਹੋਣਾ, ਬਿਲਕੁਲ ਸਚਿਆਰ ਅਤੇ ਪ੍ਰੈਕਟੀਕਲ ਮੈਨ ਹੋਣਾ। ਇਹ ਦੱਸ ਕੇ ਸਾਨੂੰ ਇਹ ਉਪਦੇਸ਼ ਨਹੀਂ ਦਿੱਤਾ ਕਿ ਜੋਗੀ ਬਣੋ, ਕੰਨਾਂ ਵਿੱਚ ਉਂਗਲਾਂ ਦਿਓ ਤਾਂ ਅਨਾਹਤ ਸ਼ਬਦ ਸੁਣੋਗੇ। ਕੰਨਾਂ ਵਿੱਚ ਉਂਗਲਾਂ ਦੇ ਕੇ ਸੁਣੇ ਜਾਣ ਵਾਲਾ ਅਖੌਤੀ ਅਨਾਹਤ ਤਾਂ ਹਰ ਕੋਈ ਸੁਣ ਸਕਦਾ ਹੈ। ਚੋਰ ਚੋਰੀ ਕਰਕੇ ਕੰਨਾਂ ਵਿੱਚ ਉਂਗਲਾਂ ਦੇ ਕੇ ਜੇ ਅਨਾਹਤ ਸ਼ਬਦ ਸੁਣਦਾ ਹੈ ਤਾਂ ਕੀ ਉਹ ਪਾਰਗ੍ਰਾਮੀ ਹੋ ਗਿਆ? ਗੁਰੂ ਨਾਨਕ ਦੇਵ ਦਾ ਇਹ ਮਤ ਨਹੀਂ। ਉਹ ਆਪਣਾ ਮਤ ਦੱਸਣ ਲਈ ਇਤਨੇ ਕਾਲੇ ਹਨ ਕਿ ਆਪ ਨੇ ਜਪਜੀ ਸਾਹਿਬ ਦਾ ਭੋਗ ਤਾਂ ਕਿਤੇ ਰਿਹਾ, ਅੱਧ ਤੱਕ ਵੀ ਨਹੀਂ ਪਹੁੰਚੇ, ਪੰਜਵੀਂ ਪੌੜੀ ਦੇ ਅੰਤ ਕਹਿ ਦਿੱਤਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਭਾਵ ਸਭਨਾ ਜੀਵਾਂ ਕਾ ਦਾਤਾ ਇੱਕੋ ਹੈ ਅਤੇ ਉਹ ਮੈਨੂੰ ਕਦੇ ਨਾ ਭੁੱਲੇ। ਬਸ ਇਹ ਇੱਕੋ ਤੁੱਕ ਵਿੱਚ ਗੁਰੂ ਨਾਨਕ ਦਾ ਸਚਿਆਰ ਮਤ ਖਤਮ ਹੈ, ਹੋਰ ਕਿਸੇ ਸਾਧਨ ਦੀ ਲੋੜ ਨਹੀਂ। ਯੋਗ ਅਭਿਆਸ ਦੇ ਸਾਧਨ ਸਰੀਰਕ ਹਾਲਤ ਨੂੰ ਵੀ ਠੀਕ ਨਹੀਂ ਰਹਿਣ ਦਿੰਦੇ। ਭਾਰਤ ਸਾਰਾ ਬੀਰਜ ਪਾਤੀਆਂ ਦੀ ਸੰਤਾਨ ਹੈ। ਸਾਡੇ ਸਾਰਿਆਂ ਦੇ ਕਈਆਂ ਪੁਸ਼ਤਾਂ ਤੋਂ 25 ਤੋਂ ਘੱਟ ਸਾਲ ਦੀ ਉਮਰ ਵਿੱਚ ਹੀ ਵਿਆਹ ਹੁੰਦੇ ਆਏ। ਸਾਡਾ ਨਰਵਸ ਸਿਸਟਮ ਕਮਜ਼ੋਰ ਹੋ ਚੁੱਕਾ ਹੈ। ਇਹ ਜੋ ਰਾਧਾ ਸੁਆਮੀਆਂ ਦੇ ਮਾਰਗ ਪਵੇਗਾ ਤਾਂ ਬਹੁਤੀ ਗਲੇ ਬਿਮਾਰ ਹੋ ਜਾਏਗਾ। ਇਹ ਤਾਂ ਬਾਹਰਲੀ ਸਰੀਰਕ ਹਾਲਤ ਨੂੰ ਇਸ ਮਾਰਗ ਤੋਂ ਨੁਕਸਾਨ ਪਹੁੰਚਿਆ, ਅੰਦਰਲੀ ਸੁਰਤ ਨੂੰ ਇਹ ਮੈਸਮੇਰਿਜ਼ਮ ਵਾਂਗ ਹਾਲਤ ਮਫੂਲੀਅਤ ਵਿੱਚ ਰੱਖਦਾ ਹੈ, ਜਿਸ ਕਰਕੇ ਸੁਰਤ ਕਦੇ ਉੱਚੀ ਨਹੀਂ ਉੱਠ ਸਕਦੀ। ਮੋਟੀ ਗੱਲ ਦੇਖ ਲਓ, ਇੱਕ ਜ਼ਮੀਂਦਾਰ ਤੜਕੇ 4 ਵਜੇ ਉੱਠਦਾ ਹੈ, ਹਾਲੀਆ ਖੂਹ ਜੋੜਦਾ ਹੈ, ਖੇਤਾਂ ਨੂੰ ਵਾਹੁੰਦਾ ਜਾਂ ਪਾਣੀ ਦਿੰਦਾ ਹੈ,
ਉਹ ਦੱਸੋ ਕਿਹੜੇ ਵੇਲੇ ਸਮਾਧੀਆਂ ਲਾਵੇ, ਕਿਹੜੇ ਵੇਲੇ ਇਹਨਾਂ ਦਾ ਦੱਸਿਆ ਜੋਗ ਕਰੇ। ਉਸ ਵਿਚਾਰੇ ਨੂੰ ਤਾਂ ਸਾਰਾ ਸਾਲ ਮਰ ਮਰ ਕੇ ਪਿੱਛੋਂ ਫੱਕਾ ਦਾਣਿਆਂ ਦਾ ਮਿਲਣਾ ਹੈ ਜੋ ਉਸਨੇ ਟੱਬਰ ਅਤੇ ਆਪਣੇ ਪੇਟ ਪਾਲਣ ਲਈ ਵਰਤਣਾ ਹੈ। ਜੇ ਉਹ ਇਸੇ ਦਸਾਂ ਨੌਵਾਂ ਦੀ ਕਿਰਤ ਵਿੱਚ ਲੱਗਾ ਰਹੇ ਅਤੇ ਇਹਨਾਂ ਦਾ ਜੋਗ ਨਾ ਸਾਧੇ ਤਾਂ ਕੀ ਉਹਦਾ ਸਾਰਾ ਪਰਮਾਰਥ ਖਤਮ ਹੋ ਗਿਆ? ਉੱਧਰ ਸਤਿਗੁਰੂ ਨਾਨਕ ਦੇਵ ਜੀ ਦਾ ਸਚਿਆਰ ਮਾਰਗ ਦੇਖੋ। ਜੇ ਸਿੰਘ ਹਲ ਜੋਤਦਾ ਹੈ ਤਾਂ ਜਪਜੀ ਸਾਹਿਬ ਦਾ ਪਾਠ ਕੰਠੋਂ ਮਦਰ ਧੁਨੀ ਵਿੱਚ ਨਾਲੋਂ ਨਾਲ ਹੋ ਰਿਹਾ ਹੈ। ਜੇ ਖੂਹ ਜੋੜ ਰਿਹਾ ਹੈ ਤਾਂ ਖੂਹ ਦਾ ਸੰਗੀਤ ਵੀ ਉਸਦੀ ਗਾਈ ਜਾ ਰਹੀ ਗੁਰਬਾਣੀ ਨਾਲ ਧੁਨੀ ਮਿਲਾ ਰਿਹਾ ਹੈ। ਜੇ ਘਰ ਵੱਲ ਤੱਕੋ ਤਾਂ ਸਵਾਣੀ ਦਾ ਰਿੜਕਣਾ ਪਾਇਆ ਹੈ, ਨਾਲੋਂ ਨਾਲ ਪਾਠ ਸੁਖਮਨੀ ਸਾਹਿਬ ਦਾ ਹੋ ਰਿਹਾ ਹੈ। ਅਰਥ ਅਤੇ ਪਰਮਾਰਥ ਦੇ ਦੋਵੇਂ ਕਾਰਜ ਨਾਲੋਂ ਨਾਲ ਸਿੱਧ ਹੋ ਰਹੇ ਹਨ। ਦੂਜੇ ਪਾਸੇ ਅਖੌਤੀ ਯੋਗ ਅਭਿਆਸੀਆਂ ਅਤੇ ਸਮਾਧੀਆਂ ਲਾਉਣ ਵਾਲਿਆਂ ਵੱਲ ਤੱਕੋ ਕਿ ਜ਼ਰਾ ਮੱਛਰ ਬੋਲਿਆ ਨਹੀਂ ਅਤੇ ਸਮਾਧੀ ਖੁੱਲ੍ਹੀ ਨਹੀਂ। ਫਿਰ ਇਹਨਾਂ ਸਮਾਧੀਆਂ ਲਾਉਣ ਵਾਲਿਆਂ ਦੇ ਚਿਹਰੇ ਤੱਕੋ, ਹਾਲਤ ਨਾ ਗੁਫਤਾ ਬੇ ਹੈ। ਉੱਧਰ ਸਿੰਘਾਂ ਦੇ ਚਿਹਰੇ ਤੱਕੋ, ਸ਼ੇਰਾਂ ਵਰਗੇ ਰੋਬ ਦਾਬ ਵਾਲੇ ਦਗ ਦਗ ਕਰ ਰਹੇ ਅਤੇ ਸਮਾਧੀਆਂ ਇਹਨਾਂ ਦੀਆਂ ਸਦਾ ਲੱਗੀਆਂ। ਜੇ ਜੰਗ ਵਿੱਚ ਤਲਵਾਰ ਫੜੀ ਲੜ ਰਹੇ ਹਨ ਤਾਂ ਸਿਮਰਨ ਦੀ ਲਿਵ ਜਾਰੀ ਹੈ, ਚੜ੍ਹਦੀਆਂ ਕਲਾਂ ਛਾ ਰਹੀਆਂ ਹਨ। ਬੇਸ਼ੱਕ ਸੀਸ ਉਤਰ ਜਾਏ, ਸਮਾਧੀ ਨਹੀਂ ਖੁੱਲ੍ਹਦੀ ਬਾਬਾ ਦੀਪ ਸਿੰਘ ਜੀ ਦੀ। ਜੇ ਆਪਣੇ ਕਾਰ ਵਿਹਾਰ ਵਿੱਚ ਹਨ ਤਾਂ ਸਤਿਗੁਰ ਦੇ ਚਰਨਾਂ ਦੀ ਯਾਦ ਸਦਾ ਤਾਜ਼ੀ ਹੈ, ਸਿਮਰਨ ਰਸਨਾ 'ਤੇ ਬੈਠਾ ਹੋਇਆ ਹੈ। ਇਹੋ ਹੀ ਭੁੱਲਾਂ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਭਰ ਵਿੱਚ ਫਿਰ ਫਿਰ ਕੇ ਪੀਰਾਂ, ਫਕੀਰਾਂ, ਜ਼ੋਹਦੀਆਂ, ਪੰਡਤਾਂ, ਜੋਗੀਆਂ, ਸਿੱਧਾਂ ਦੀਆਂ ਕੱਢੀਆਂ। ਮੁਸਲਮਾਨ ਰਾਜ ਵਿੱਚ ਸਾਰੇ ਮੁਸਲਮਾਨ ਫਕੀਰਾਂ ਨੇ ਮੰਨਿਆ ਕਿ ਅਸੀਂ ਗਲਤੀ 'ਤੇ ਹਾਂ ਅਤੇ ਗੁਰੂ ਨਾਨਕ ਸਾਨੂੰ ਸਿੱਧੇ ਅਸਲ ਮੁਸਲਮਾਨੀ ਰਾਹ 'ਤੇ ਪਾ ਰਹੇ ਹਨ ਜੋ ਅਸੀਂ ਭੁੱਲ ਰਹੇ ਹਾਂ। ਸਤਿਗੁਰਾਂ ਨੇ ਇਹ ਆਗਿਆ ਨਹੀਂ ਦਿੱਤੀ ਕਿ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਓ, ਸਗੋਂ ਸਮਾਜ ਵਿੱਚ ਰਹਿਣ 'ਤੇ ਪ੍ਰਵਾਨ ਗ੍ਰਹਿਸਥ ਉਦਾਸ ਦੀ ਜਾਚ ਸਿਖਾਈ। ਜਿਸ ਵਿੱਚ ਗ੍ਰਹਿਸਥੀ ਸੁਸਾਇਟੀ ਵਿੱਚ ਰਹਿ ਕੇ ਲੰਪੜ 'ਤੇ ਫਸ ਕੇ ਨਾ ਰਹੇ ਪਰ ਉਦਾਸ ਰਹੇ, ਸੰਸਾਰਕ ਮੋਹ ਤੋਂ ਉਚੇਰਾ ਰਹੇ। ਗੁਰੂ ਨਾਨਕ ਦਾ ਸਚਿਆਰ ਮਾਰਗ ਹੈ ਗ੍ਰਹਿਸਥ ਵਿੱਚ ਉਦਾਸ ਅਤੇ ਸਭ ਦਾ ਦਾਤਾ ਇੱਕ ਵਾਹਿਗੁਰੂ ਨੂੰ ਮੰਨ ਕੇ ਉਸਨੂੰ ਸਦਾ ਯਾਦ ਰੱਖਣਾ, ਉਸਦੀਆਂ ਮਿਹਰਾਂ ਨੂੰ ਕਦੀ ਨਾ ਭੁੱਲਣਾ। ਬਾਕੀ ਰਿਹਾ ਉਸਨੂੰ ਯਾਦ ਕਰਨ ਦਾ ਤਰੀਕਾ। ਇਸ ਲਈ ਕਿਸੇ ਨੇਤੀ ਧੋਤੀ ਆਦਿ ਸਾਧਨ ਦੀ ਲੋੜ ਨਹੀਂ। ਚੌਥੇ ਪਾਤਸ਼ਾਹ ਨੇ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ 'ਤੇ ਆਵੇ ਸਲੋਕ ਵਿੱਚ ਖੋਲ੍ਹ ਕੇ ਦੱਸ ਦਿੱਤਾ ਹੈ। ਮੈਂ ਇਸਨੂੰ ਅਮਲੀ ਤੌਰ 'ਤੇ ਵਰਤ ਕੇ ਡਿੱਠਾ ਹੈ। ਜਿਵੇਂ ਮੇਰੇ ਤਜਰਬੇ ਵਿੱਚ ਆਇਆ ਹੈ ਉਹ ਐਂ ਹੈ ਕਿ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਜੇ ਕਿਸੇ ਕਾਰਨ ਨਹੀਂ ਹੋ ਸਕਦਾ ਤਾਂ ਨਾ ਸਹੀ। ਸਤਿਗੁਰ ਨੇ ਸਾਡੇ ਲਈ ਇਹ ਜ਼ਰੂਰੀ ਹੁਕਮ ਨਹੀਂ ਦਿੱਤਾ। ਸਤਿਗੁਰ ਦਾ ਮਤ ਪਿਆਰ ਦਾ ਮਤ, ਉੱਥੇ ਕਰੜਾਈਆਂ ਨਹੀਂ ਹਨ। ਅੰਮ੍ਰਿਤ ਵੇਲੇ ਉੱਠ ਕੇ ਦੇਖੇਗਾ ਕਿ ਬਿਲਕੁਲ ਇਕਾਂਤ ਹੈ, ਸਾਰੇ ਸੁੱਤੇ ਹੋਏ ਹਨ। ਹੁਣ ਪਤਾ ਲੱਗੇਗਾ ਕਿ ਸਤਿਗੁਰ ਨੇ ਕਿਉਂ ਸਾਨੂੰ ਜੰਗਲਾਂ ਵਿੱਚ ਜਾਣੋ ਵਰਜਿਆ ਹੈ। ਇਹ ਤਾਂ ਘਰ ਵਿੱਚ ਹੀ ਜੰਗਲ ਜੈਸੀ ਇਕਾਂਤ ਮਿਲ ਜਾਂਦੀ ਹੈ। ਇਹ ਵੇਲਾ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਦਾ। ਤਬੀਅਤ ਮੱਲੋ ਮੱਲੀ ਲੱਗੇਗੀ ਅਤੇ ਰਸ ਆਵੇਗਾ, ਪਰ ਜੇ ਮਨ ਨਾਮ ਵਿੱਚ ਕਿਸੇ ਸੋਚ ਕਾਰਨ ਨਾ ਲੱਗੇ ਤਾਂ ਗੁਰਬਾਣੀ ਦਾ ਪਾਠ ਕਰੇ, ਮਨ ਨੂੰ ਬਾਣੀ ਦੇ ਅਰਥਾਂ ਵੱਲ ਪਾਠ ਕਰਦਿਆਂ ਲਾਵੇ, ਸਤਸੰਗ ਵਿੱਚ ਗੁਰਦੁਆਰੇ ਜਾਵੇ। ਪਰ ਜੇ ਸਤਸੰਗ ਦੁਰਲਭ ਹੈ ਤਾਂ ਬਾਹਰ ਸੈਰ ਕਰਨ ਤੁਰ ਪਵੇ, ਬਾਣੀ ਦਾ ਪਾਠ ਮਿੱਠੀ ਮਿੱਠੀ ਸੁਰ ਵਿੱਚ ਨਾਲੋਂ ਨਾਲ ਕਰਦਾ ਜਾਵੇ। ਪਰ ਇਤਨਾ ਉੱਚਾ ਜ਼ਰੂਰ ਹੋਵੇ ਕਿ ਰਸਨਾ ਤਾਂ ਪਾਠ ਕਰੇ ਅਤੇ ਕੰਨ ਸੁਣਨ, ਦੋ ਤਰੇ ਮੀਲ ਦੂਰ ਨਿਕਲ ਜਾਵੇ ਅਤੇ ਵਾਪਸ ਆਵੇ। ਜਿਸ ਵੇਲੇ ਪਾਠ ਕੰਨਾਂ ਨਾਲ ਸੁਣੀਦਾ ਜਾਏਗਾ ਅਵਸ਼ੋ ਮਨ ਅਰਥਾਂ ਵੱਲ ਲੱਗੇਗਾ ਅਤੇ ਅਨੇਕ ਚਿੰਤਨ ਤੋਂ ਬਾਹਰ ਨਿਕਲ ਕੇ ਇੱਕ ਚਿੰਤਨ ਵਿੱਚ ਆ ਜਾਏਗਾ। ਭਾਵ ਇਹ ਕਿ ਮਨ ਧਾਉਂਦਾ ਹੈ ਹਰ ਪਾਸੇ, ਕਦੀ ਕਿਤੇ ਕਦੀ ਕਿਤੇ, ਅਨੇਕਾਂ ਫੁਰਨੇ ਫੁਰਦੇ ਰਹਿੰਦੇ ਹਨ। ਇਕਾਗਰ ਇਸਨੇ ਆਪਣੇ ਆਪ ਵਿੱਚ ਤਦ ਹੀ ਆਉਣਾ ਹੈ ਜਦ ਇਹ ਅਨੇਕ ਚਿੰਤਨ ਤਿਆਗੇਗਾ। ਪਰ ਇਹ ਰੋਕ ਹੈ ਬੜੀ ਕਠਿਨ, ਹਿੰਮਤ ਨਹੀਂ ਹਾਰਨੀ ਚਾਹੀਦੀ। ਥੋੜ੍ਹਾ ਥੋੜ੍ਹਾ ਉਦਮ ਕਰਦਿਆਂ ਆਖਰ ਬਹੁਤਾ ਹੋ ਜਾਂਦਾ ਹੈ। ਇਹ ਸੈਰ ਦਾ ਤਰੀਕਾ ਆਮ ਦੇਖਣ ਵਿੱਚ ਆਇਆ ਹੈ ਕਿ ਬਹੁਤ ਹੀ ਸਫਲ ਰਹਿੰਦਾ ਹੈ, ਕਿਉਂਕਿ ਸੁਰਤ ਸਾਡੀ ਮੈਲੀ ਹੋ ਕੇ ਖਿੰਡੀ ਹੋਈ ਹੁੰਦੀ ਹੈ। ਜਿਸ ਵੇਲੇ ਸਰੀਰ ਹਰਕਤ ਵਿੱਚ ਆਉਂਦਾ ਹੈ ਤਦ ਇਹ ਕੁਝ ਕੁ
ਸੰਕੁਚੀ ਰਹਿੰਦੀ ਹੈ ਤੇ ਜਿਸ ਵਕਤ ਸਰੀਰ ਅਚਲ ਹੋਵੇ ਤਾਂ ਇਸ ਤੇ ਖਿੰਡਾਓ ਦਾ ਵਧੇਰੇ ਜ਼ੋਰ ਪੈਂਦਾ ਹੈ। ਇਸ ਲਈ ਸੈਰ ਕਰਕੇ ਪਾਠ ਕਰਨਾ ਜਾਂ ਆਪਣੇ ਹਲ ਦੇ ਮਗਰ ਜਾਂ ਖੂਹ ਦੀ ਗਾਦੀ ਤੇ ਹੋਣਾ ਪਾਠ ਕਰਨ ਲਈ ਉੱਤਮ ਸਮੇਂ ਹਨ। ਮਾਰਗ ਇਹ ਕਾਲ ਦਾ ਹੈ। ਮਨ ਦਾ ਪਾਠ ਹੋ ਰਹੀ ਬਾਣੀ ਦੇ ਅਰਥਾਂ ਵੱਲ ਲਾਉਣਾ ਕਾਲ ਹੈ। ਇਹ ਤਾਂ ਰਿਹਾ ਅੰਮ੍ਰਿਤ ਵੇਲੇ ਦਾ ਪ੍ਰੋਗਰਾਮ। ਬਾਕੀ ਦਿਨ ਸਾਰਾ ਵੀ ਵਾਹਿਗੁਰੂ ਨੂੰ ਵਿਸਾਰਨਾ ਨਹੀਂ, ਆਪਣੇ ਕੰਮਾਂ ਕਾਜਾਂ ਵਿਹਾਰਾਂ ਵਿੱਚ ਰੁਝੇਵਿਆਂ ਦੇ ਵਿਚਾਲੇ ਜੋ ਵਿੱਥਾਂ ਮਿਲਦੀਆਂ ਹਨ ਪਹਿਲੇ ਯਤਨ ਨਾਲ ਖਾਲੀ ਨਹੀਂ ਜਾਣ ਦੇਣੀਆਂ ਚਾਹੀਦੀਆਂ। ਬਾਬੂ ਆਪਣੀ ਮੇਜ਼ 'ਤੇ ਬੈਠਾ, ਦੁਕਾਨਦਾਰ ਆਪਣੀ ਹੱਟੀ 'ਤੇ, ਜ਼ਮੀਂਦਾਰ ਹਲ ਦੀ ਹਾਥੀ 'ਤੇ ਵਾਹਿਗੁਰੂ ਵਾਹਿਗੁਰੂ ਕਰਦਾ ਰਹੇ। ਤੁਸੀਂ ਦੇਖੋਗੇ ਜੋ ਵੀ ਐਂ ਵਿਹਲਾਂ ਵਿਰਲਾਂ ਸਿਮਰਨ ਦੇ ਲੇਖੇ ਲਾਉਂਦਾ ਰਹੇ, ਦਿਨ ਦੇ ਅਖੀਰ ਜੇ ਉਹ ਸਿਮਰਨ ਵਾਲੇ ਵਕਤ ਨੂੰ ਜੋੜੇ ਤਾਂ ਕਈ ਘੰਟੇ ਦਾ ਸਿਮਰਨ ਸਹਿਜ ਸੁਭਾਅ ਕਰ ਲਏਗਾ ਅਤੇ ਮਗਰੋਂ ਜਦ ਇਹ ਅਭਿਆਸ ਵੱਧ ਜਾਏਗਾ ਤਾਂ ਫਿਰ ਸਿਮਰਨ ਲਗਾਤਾਰ ਹੀ ਹੋ ਜਾਏਗਾ। ਇੱਕ ਵਾਰ ਵਾਹਿਗੁਰੂ ਕਹਿ ਕੇ ਦੂਜੀ ਵਾਰ ਵਾਹਿਗੁਰੂ ਕਹੀਏ ਤਾਂ ਵਿਚਕਾਰ ਇੱਕ ਵਿੱਥ ਆਉਂਦੀ ਹੈ। ਭਾਵੇਂ ਅਸੀਂ ਕਿੰਨਾ ਵੀ ਛੇਤੀ ਛੇਤੀ ਕਹੀਏ ਪਰ ਫਿਰ ਵੀ ਕੁਝ ਇੰਟਰਵਲ ਜ਼ਰੂਰ ਹੁੰਦਾ ਹੈ। ਪਰ ਜਦੋਂ ਨਾਮ ਲਗਾਤਾਰ ਹੀ ਹੋ ਜਾਂਦਾ ਹੈ ਤਾਂ ਫਿਰ ਵਿੱਥ ਨਹੀਂ ਰਹਿੰਦੀ। ਇਸੇ ਨੂੰ ਲਿਵ ਕਹਿੰਦੇ ਹਨ। ਇਹ ਸਿੱਖੀ ਮਤ ਦੀ ਸਮਾਧੀ ਹੈ। ਇਸ ਗੱਲ ਨੂੰ ਮੋਟੀ ਤਰ੍ਹਾਂ ਸਮਝਣ ਲਈ ਇਉਂ ਸਮਝੋ ਕਿ ਸਿਨੇਮਾ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋ ਸਨ, ਪਰਦੇ 'ਤੇ ਇੱਕ ਸ਼ੇਰ ਦਾ ਮੂੰਹ ਅੜਿਆ ਤੁਸੀਂ ਦੇਖਦੇ ਹੋ। ਉਸਦੇ ਮੂੰਹ ਬੰਦ ਕਰਨ ਤੱਕ ਜੋ ਬਹੁਤ ਘੱਟ ਤੋਂ ਘੱਟ ਸਮਾਂ ਲੱਗਦਾ ਹੈ, ਉਸੇ ਸ਼ੇਰ ਨੂੰ ਉੱਥੇ ਖੜ੍ਹਾ ਦੇਖ ਰਹੇ ਹੋ। ਪਰ ਪਿੱਛੇ ਇੰਨੇ ਥੋੜ੍ਹੇ ਵਕਤ ਵਿੱਚ 50-60 ਜਾਂ 100 ਤਸਵੀਰਾਂ ਲੰਘ ਚੁੱਕੀਆਂ ਹੁੰਦੀਆਂ ਹਨ। ਉਹ ਲੰਘਦੀਆਂ ਤਾਂ ਸਾਨੂੰ ਨਹੀਂ ਦਿਸਦੀਆਂ, ਤੁਹਾਨੂੰ ਲਗਾਤਾਰ ਇੱਕੋ ਤਸਵੀਰ ਹਿਲਜੁਲ ਰਹੀ ਦਿਸ ਰਹੀ ਹੈ। ਐਵੇਂ ਉਸ ਉੱਚੀ ਅਵਸਥਾ ਵਿੱਚ ਫਿਰ ਉਹ ਇੰਟਰਵਲ ਪ੍ਰਤੀਤ ਨਹੀਂ ਦਿੰਦੇ ਅਤੇ ਰੌਂ ਲਗਾਤਾਰ ਹੀ ਹੋ ਜਾਂਦਾ ਹੈ। ਗੁਰੂ ਨਾਨਕ ਦੇ ਸਚਿਆਰ ਮਤ ਦਾ ਇਹੋ ਸਾਧਨ ਮੁੱਖ ਹੈ। ਮਨ ਅਤੇ ਸੁਰਤ ਦਾ ਫਰਕ ਪੁੱਛਣ 'ਤੇ ਆਪ ਜੀ ਨੇ ਦੱਸਿਆ ਕਿ ਇਹ ਦੋਵੇਂ ਇੱਕ ਚੀਜ਼ ਨਹੀਂ। ਜਦ ਤੁਸੀਂ ਦੱਸਦੇ ਹੋ ਪਾਠ ਕਰਦਿਆਂ ਮਨ ਕਿਤੇ ਹੋਰ ਚਲਾ ਜਾਂਦਾ ਹੈ, ਪਾਠ ਆਪਣੇ ਆਪ ਹੁੰਦਾ ਰਹਿੰਦਾ ਹੈ, ਪਤਾ ਤਾਂ ਹੀ ਲੱਗਦਾ ਹੈ ਜਦ ਕੇਤੀ ਛੁੱਟੀ ਨਾਲ ਅਤੇ ਆਪਣੇ ਆਪ ਸੀਸ ਚੁੱਕ ਜਾਂਦਾ ਹੈ। ਉਹ ਜੋ ਪਾਠ ਕਰਦਾ ਰਿਹਾ ਹੈ ਉਹ ਸੁਰਤ ਹੈ, ਜੋ ਧਾਮਦਾ ਰਿਹਾ ਹੈ ਉਹ ਮਨ ਹੈ। ਇਹ ਦੋ ਨਹੀਂ ਸਗੋਂ ਤ੍ਰੈ ਹਨ। ਇਹ ਹਨ ਅਗਿਆਤ ਮਨ, ਸਗਿਆਤ ਮਨ ਅਤੇ ਸੰਸਕਾਰੀ ਮਨ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਲਹੀਅਲ ਦਾ ਨਾਮ ਦਿੱਤਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਨੇ ਇਹਨਾਂ ਦੇ ਵੇਰਵੇ ਜੋ ਸ੍ਰੀ ਗੁਰੂ ਨਾਨਕ ਚਮਤਕਾਰ ਦੇ ਪ੍ਰਸੰਗ ਭਾਈ ਚੰਡਾ ਜੀ ਹੋ ਵਿੱਚ ਸਵਿਸਥਾਰ ਲਿਖੇ ਹਨ, ਉਹਨਾਂ ਸੱਜਣਾਂ ਨੂੰ ਸਮਝਾਏ ਅਤੇ ਨਾਮ ਸਿਮਰਨ ਪਰ ਸਾਵਧਾਨ ਕੀਤਾ। ਅੰਤ ਵਿੱਚ ਆਪ ਨੇ ਕਿਹਾ ਕਿ ਸਾਡੇ ਸੰਸਕਾਰਾਂ ਵਾਲੇ ਮਨ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਭਰੀ ਪਈ ਹੈ। ਇਸ ਦੇ ਕੱਢਣ ਦਾ ਉਪਾਅ ਇਹੀ ਹੈ ਕਿ ਨਾਮ ਨੂੰ ਜੀਭ 'ਤੇ ਰੱਖਿਆ ਜਾਵੇ। ਇਸ ਦੇ ਰਸਾਲ ਟੇਪੇ ਰਸਨਾ ਤੋਂ ਅੰਦਰ ਹੇਠਲੇ ਮਨ 'ਤੇ ਟਪਕਦੇ ਰਹਿਣ ਅਤੇ ਮੈਲ ਨੂੰ ਸਾਫ਼ ਕਰਦੇ ਰਹਿਣ। ਆਖਿਰ ਕੋਈ ਦਿਨ ਐਸਾ ਆਵੇਗਾ ਕਿ ਅੰਦਰਲੀ ਮੈਲ ਧੋਤੀ ਜਾਵੇਗੀ ਅਤੇ ਮਨ ਸਾਫ਼ ਹੋਣ 'ਤੇ ਸਿਮਰਨ ਦਾ ਪ੍ਰਵਾਹ ਲਗਾਤਾਰ ਹੀ ਹੋ ਜਾਏਗਾ, ਸਿਮਰਨ ਵਿੱਚ ਰਸ ਪੈ ਜਾਏਗਾ। ਜਿੰਨਾ ਚਿਰ ਇਹ ਸਾਫ਼ ਨਹੀਂ ਹੁੰਦਾ ਉਤਨਾ ਚਿਰ ਨਾਮ ਲਈ ਵਿਸ਼ੇਸ਼ ਤਰੱਦਤ ਦੀ ਲੋੜ ਹੈ, ਉਤਨਾ ਚਿਰ ਨਾਮ ਲਗਾਤਾਰ ਹੀ ਨਹੀਂ ਹੋ ਸਕਦਾ। ਕਾਰਨ ਸਾਫ਼ ਹੈ, ਅੰਦਰ ਜੋ ਮੈਲ ਟੂਸਾਂ ਛੱਡ ਰਹੀ ਹੈ ਉਹ ਸੁਰਤ ਨੂੰ ਜੁੜਨ ਨਹੀਂ ਦਿੰਦੀ। ਭਰੀਏ ਮਤ ਪਾਪਾ ਕਹਿ ਸੰਗ, ਉਹ ਤੋਪੈ ਨਾਵੇਂ ਕਹਿ ਰੰਗ। ਨਾਮ ਸਾਬਣ ਵੀ ਹੈ ਅਤੇ ਰੰਗ ਵੀ। ਨਾਮ ਨੇ ਪਹਿਲੇ ਮੈਲ ਧੋਣੀ ਹੈ, ਕਾਹਲ ਨਹੀਂ ਕਰਨੀ ਚਾਹੀਦੀ। ਕਾਲ ਕੀਤਿਆਂ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਕੁਝ ਪੱਲੇ ਨਹੀਂ ਪੈਂਦਾ। ਲੱਗਾ ਰਹੇ ਤਾਂ ਲੱਗਾ ਰਹੋ ਹਰਦਮ, ਕਦੀ ਨਾ ਡੋਲ। ਲੱਗਾ ਰਹੇ ਤੋਂ ਲਾਖ ਕਾ ਨਹੀਂ ਤਾਂ ਕੌਡੀ ਮੋਲ। ਗੁਰੂ ਨਾਨਕ ਦਾ ਦੱਸਿਆ ਸਚਿਆਰ ਮਾਰਗ ਇਹੀ ਹੈ। ਇਹ ਗੁਰਸਿੱਖੀ ਦਾ ਗਾੜੀ ਰਾਹ ਹੈ। ਸਦਾ ਇਸ 'ਤੇ ਸਾਵਧਾਨ ਰਹਿਣਾ ਚਾਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।